ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਡਿਠਿਆ ਸੋ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਾਵੇ ਧਾਏ ਸਭ ਥਾਈਓ ਆ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਆ ਜੀ ਸਹਾਇ ਦਸਾਂ ਪਾਤਸ਼ਾਹੀ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰਾਂ ਦਾ ਧਿਆਨ ਕਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚੜਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀਆਂ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਗੁਰੂ ਧਾਮਾਂ ਜੀ ਕਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮ ਕਾ ਜੈ ਜੈਕਾਰ ਬੋਲਣਾ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ
ਹੇ ਅਕਾਲ ਪੁਰਖ ਵਾਹਿਗੁਰੂ ਜੀ, ਉਹ ਆਪ ਜੀ ਦੇ ਹਜ਼ੂਰ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸਿੱਧੀ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ। ਸਵਰਗਵਾਸੀ ਸਰਦਾਰ ਰਸਪਾਲ ਸਿੰਘ ਸਪੁੱਤਰ, ਸਵਰਗਵਾਸੀ ਸਰਦਾਰ ਹਰਚਰਨ ਸਿੰਘ ਅਤੇ ਸਰਦਾਰਨੀ ਜਸਵੀਰ ਕੌਰ ਜੀ, ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ, ਇਸ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਗਏ ਹਨ। ਪਾਤਸ਼ਾਹ ਜੀ ਪਿੱਛੇ ਪਰਿਵਾਰ ਵੱਲੋਂ ਬਾਣੇ ਨੂੰ ਮੰਨਦੇ ਹੋਏ, ਗੁਰੂ ਘਰ ਦੀ ਮਰਿਆਦਾ ਨੂੰ ਨਿਭਾਉਂਦੇ ਹੋਏ ਆਪ ਜੀ ਦੇ ਚਰਨਾਂ ਕਮਲਾਂ ਦਾ ਉੱਟ ਆਸਰਾ ਤੱਕਿਆ ਹੈ ਪਾਤਸ਼ਾਹ ਜੀ। ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ, ਨਿਰਵਿਘਨ ਭੋਗ ਪਏ ਹਨ ਪਾਤਸ਼ਾਹ ਜੀ। ਉਹ ਭੋਗ ਦੀ ਅਰਦਾਸ ਚਰਨਾਂ ਕਮਲਾਂ ਪਾਸ ਕੀਰਤਨ ਦਰਬਾਰ ਸਜਾਏ ਹਨ, 6 ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਹਨ ਪਾਤਸ਼ਾਹ ਜੀ। ਉਹ ਪਾਠੀ ਸਿੰਘਾਂ ਤੋਂ, ਪਾਠ ਕਰਦਿਆਂ ਤੋਂ, ਸੇਵਾ ਸਿਮਰਨ ਦਰ ਕਰਦਿਆਂ, ਹਾਜ਼ਰੀਆਂ ਭਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਰਹਿ ਜਾਂਦੀਆਂ ਹਨ, ਜਿਣ ਜਾਣ ਬੱਚੇ ਜਾਣ ਕੇ ਮਾਫ਼ ਕਰਨੀ। ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ ਸਮਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦੀ ਸਾਰ ਹਿਰਦਿਆਂ 'ਤੇ ਬਖਸ਼ਣੀ, ਸੇਵਾ ਸਿਮਰਨ ਦਰ ਪ੍ਰਵਾਨ ਕਰਨਾ, ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣੀਆਂ, ਕਿਰਪਾ ਕਰਨਾ ਜੀ, ਵਿਛੜੀ ਆਤਮਾ ਨੂੰ ਪਰਮਾਤਮਾ ਦਾ ਮੇਲ ਬਖਸ਼ਣਾ, ਟੇਢੀਆਂ ਮੇਢੀਆਂ ਜੂਨਾਂ ਤੋਂ ਰਹਿਤ ਕਰਨਾ, 84 ਲੱਖ ਜੂਨ ਤੋਂ ਰਹਿਤ ਕਰਕੇ ਪਵਿੱਤਰ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਹਿੰਮਤ ਤਾਕਤ ਬਖਸ਼ਣੀ ਜੀਓ, ਭਾਣੇ 'ਤੇ ਚੱਲਣ ਦਾ ਬਲ ਉੱਦਮ ਬਖਸ਼ਣਾ ਪਾਤਸ਼ਾਹ ਜੀ। ਕਿਰਪਾ ਕਰਨੀ ਜਿਸ ਵੀ ਭਾਵਨਾ ਨੂੰ ਮੁੱਖ ਰੱਖ ਕੇ ਚਰਨਾਂ ਕਮਲਾਂ ਦਾ ਓਟ ਆਸਰਾ ਤੱਕਿਆ, ਸੋ ਭਾਵਨਾਵਾਂ ਪੂਰੀਆਂ ਕਰਨੀਆਂ, ਮੇਰਾ ਭਰਿਆ ਹੱਥ ਰੱਖਣਾ ਜੀ, ਉਹ ਦੁੱਖਾਂ ਕਲੇਸਾਂ ਵਿਘਨਾਂ ਦੇ ਨਾਸ, ਸੁੱਖਾਂ ਦੀਆਂ ਬਖਸ਼ਿਸ਼ਾਂ ਕਰਨੀਆਂ, ਦੇਹ ਰੋਗਤਾ ਬਖਸ਼ਣੀ, ਏਕਤਾ ਇਤ ਪਾਖ ਬਖਸ਼ਣਾ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਦਰ ਕਰਦਾ ਪਿਆਰ ਓਟ ਆਸਰਾ, ਦਰ ਕਰਦਾ ਵਿਸ਼ਵਾਸ ਬਖਸ਼ਣਾ ਪਾਤਸ਼ਾਹ ਜੀ। ਉਹ ਆਪ ਜੀ ਦੇ ਹਜ਼ੂਰ ਸਵਰਗ ਵਾਸੀ ਸਰਦਾਰ ਰਸਪਾਲ ਸਿੰਘ ਜੀਆਂ ਦੇ ਚਾਚਾ ਜੀਆਂ ਵੱਲੋਂ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਬਿਸਤਰਾ ਬਰਤਨ ਦੀ ਮਾਇਆ ਭੇਟਾਵਾਂ ਹਾਜ਼ਰ ਹਨ ਪਾਤਸ਼ਾਹ ਜੀ। ਉਹ ਆਪ ਜੀ ਨੂੰ ਸੋਹਣੇ ਸੁੰਦਰ ਰੁਮਾਲਾ ਸੇ ਭੇਟ ਕੀਤੇ ਹਨ, ਰੁਮਾਲੇ ਦੀ ਮਾਇਆ ਭੇਟ ਕੀਤੀ ਹੈ ਪਾਤਸ਼ਾਹ ਜੀ। ਦਰ ਪ੍ਰਵਾਨ ਕਰਨੀ, ਆਪ ਜੀ ਨੇ ਰੁਮਾਲਾ ਸਾਹਿਬ ਅੰਗੀਕਾਰ ਕੀਤੇ ਹਨ, ਦਾਸਾਂ ਦੇ ਲੋਕ ਪ੍ਰਲੋਕ ਦੇ ਵਿੱਚ ਪੜਦੇ ਕੱਢਣੇ, ਲਾਜਪਤ ਰੱਖਣੀ, ਸੇਵਾ ਸਿਮਰਨ ਦਰ ਪ੍ਰਵਾਨ ਕਰਨਾ ਜੀ। ਉਹ ਆਪ ਜੀ ਦੇ ਹਜ਼ੂਰ ਸੰਗਤਾਂ ਵੱਲੋਂ ਆਤਮ ਸ਼ਾਂਤੀ ਅਤੇ ਹਮਦਰਦੀ ਦੀਆਂ ਅਰਦਾਸਾਂ ਬੀਬੀ ਗੁਰਬਚਨ ਕੌਰ ਅਤੇ ਪਰਿਵਾਰ ਸਰਦਾਰ ਮਲਕੀਤ ਸਿੰਘ ਤੰਪਿੰਨ, ਸਰਦਾਰ ਸੁਖਦੇਵ ਸਿੰਘ ਤੰਪਿੰਨ, ਸਰਦਾਰ ਅਵਤਾਰ ਸਿੰਘ ਅਤੇ ਪਰਿਵਾਰ ਸਰਦਾਰ ਹਰਜੀਤ ਸਿੰਘ ਹੁਨਲ, ਸਰਦਾਰ ਅਮਰਜੀਤ ਸਿੰਘ, ਸਰਦਾਰ ਕਰਮ ਸਿੰਘ ਬਾਲੀਆ, ਸਰਦਾਰ ਜਸਵੰਤ ਸਿੰਘ, ਬੀਬੀ ਮਨਜੀਤ ਕੌਰ ਪਰਸਲੀਸ, ਸਰਦਾਰ ਮੋਹਰ ਸਿੰਘ ਅਤੇ ਪਰਿਵਾਰ, ਸਰਦਾਰ ਬਲਦੇਵ ਸਿੰਘ, ਸਰਦਾਰ ਰਾਮ ਸਿੰਘ, ਸਰਦਾਰ ਕੌਰ ਸਿੰਘ, ਸਰਦਾਰ ਹਰਦੇਵ ਸਿੰਘ ਅਤੇ ਪਰਿਵਾਰ, ਬੀਬੀ ਬਲਵੀਰ ਕੌਰ ਅਤੇ ਪਰਿਵਾਰ, ਸਰਦਾਰ ਮਹਿੰਦਰ ਸਿੰਘ ਅਤੇ ਪਰਿਵਾਰ ਤੰਪਿੰਨ, ਸਰਦਾਰ ਜਗਦੀਪ ਸਿੰਘ ਪਾਤਸ਼ਾਹ ਜੀ। ਜੋ ਜੋ ਪਰਿਵਾਰਾਂ ਹਮਦਰਦੀ ਦੀਆਂ ਅਰਦਾਸਾਂ ਬੇਨਤੀਆਂ ਕਰਵਾ ਰਹੇ ਹਨ,
ਸਭਨਾ ਦੀਆਂ ਬੇਨਤੀਆਂ ਦਰ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਜੀਓ, ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਲ ਸੁੱਖਾਂ ਦੀਆਂ ਬਖਸ਼ਿਸ਼ਾਂ ਕਰਨੀਆਂ, ਦੇਹ ਰੋਗਤਾ ਬਖਸ਼ਣੀ, ਚੜ੍ਹਦੀ ਕਲਾ ਬਖਸ਼ਣੀ। ਆਪ ਜੀ ਦੇ ਹਜ਼ੂਰ ਸੰਗਤਾਂ ਤਿਲ ਫੁਲ ਮਾਇਆ, ਭੇਟਾਵਾਂ ਰਸਦਾਂ ਵਸਦਾਂ, ਕੀਰਤਨ ਭੇਟ ਮਾਇਆ ਹਾਜ਼ਰ ਹੈ ਜੀ ਦਰ ਪ੍ਰਵਾਨ ਕਰਨੀ। ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਭੇਟਾਵਾਂ ਆਈਆਂ ਹਨ, ਸੋ ਖਜ਼ਾਨੇ ਭਰਪੂਰ, ਕਾਲ ਕੰਟਕ ਦੂਰ, ਬੀਜਿਆ ਦਾਨ ਹਰਾ। ਸਰਬੱਤ ਦਾ ਭਲਾ ਕਰਨਾ ਜੀ ਉਹ, ਕਦਮ ਕਦਮ ਸੰਗਤਾਂ ਦੇ ਲੇਖੇ ਚਲਾਉਣੇ, ਸਿਰਾਂ 'ਤੇ ਮੇਰਾ ਭਰਿਆ ਹੱਥ ਰੱਖਣਾ, ਸੁੱਖ ਵਰਤਾਉਣਾ, ਏਕਤਾ ਇਤਫਾਕ ਬਖਸ਼ਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ ਕਰਨੇ ਜੀ। ਆਪ ਜੀ ਦੇ ਹਜ਼ੂਰ ਬਖਸ਼ੀਆਂ ਦਾਤਾਂ ਨੂੰ ਸਫਲਾ ਕਰਦੇ ਹੋਏ ਭਰੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ 'ਤੇ ਪ੍ਰਵਾਨ ਕਰੋ ਜੀ। ਲੰਗਰ ਹਾਜ਼ਰ ਨੇ ਦਰ 'ਤੇ ਪ੍ਰਵਾਨ ਕਰਨੇ ਜੀ। ਪ੍ਰਵਾਣਿਆ ਪ੍ਰਸ਼ਾਦ ਸੰਗਤਾਂ 'ਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਵੀ ਛਕੇ ਮੁੱਖੋਂ ਸਤਨਾਮ ਸ੍ਰੀ ਵਾਹਿਗੁਰੂ 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 ਜਪੇ। ਕਿਰਪਾ ਕਰੋ ਜੀ, ਹਾਜ਼ਰੀਆਂ ਪ੍ਰਵਾਨ ਕਰੋ, ਦਰਗਾਹੀ ਇਲਾਹੀ ਬਾਣੀ ਦੇ ਵਿੱਚੋਂ ਹੁਕਮਨਾਮੇ ਸਰਵਣ ਕਰਵਾ ਕੇ ਹੁਕਮਾਂ 'ਤੇ ਚੱਲਣ ਦਾ ਬਲ ਬਖਸ਼ੋ ਜੀ। ਨਿਹਾਲ 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 ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਦੋਹਰਾ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸਭ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ, ਵਾਰ ਹੋਏ ਸਭ ਮਿਲੇਂਗੇ। ਜੋ ਸਰਦਾ ਕਰ ਸੇਵ ਦੇ